विसर नाही दातार अपना नाम दे हो अपना नाम दे हो अपना नाम दे हो वाहे गुरु वाहे गुरु वाहे तोदे आगे अरदास हमारी जियो पिंड सब तेरा कहो नानक सब तेरी वड़ियाई कोई ना ओ ना जाने मेरा साजन तेरे चरण की हुई रहा सदधूर नानक शरण तुहारिया देखो सदा हजू आनंद गुणी निदान आनंद गुणी निदान गुरु गरीब निवाज गुरु ग्रंथ साहिब जीओ महाराज गोविंद हरे सब गावो गुण 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 गोविंद हरे गुण गावत गुणी समौला गुण गावत गुणी समौला
ਸੰਤ ਸਾਰ ਸਮੰਤ ਸਭ ਜੀ ਚੰਦ ਹਰ ਵਸੈ ਨਿਕਟ ਸਭ ਚੋਲਾ ਨਿਤ ਸਾਰ ਸਮੰਤ ਸਭ ਜੀ ਚੰਦ ਹਰ ਵਸੈ ਨਿਕਟ ਸਭ ਜਿਸ ਆਪ ਪੂਜਾਏ ਸੀ ਜਿਸ ਸਤ ਗੁਰ ਪੁਰਖ ਪ੍ਰਭ ਸੋ ਪੂਜੈ ਜਿਸ ਆਪ ਪੂਜਾਏ ਸੀ ਜਿਸ ਸਤ ਗੁਰ ਪੁਰਖ ਪ੍ਰਭ ਸੋਲਾ ਜਿਸ ਸਤ ਗੁਰ ਪੁਰਖ ਪ੍ਰਭ ਸੋਲਾ ਜਿਸ ਸਤ ਗੁਰ ਪੁਰਖ ਪ੍ਰਭ ਸੋਲਾ ਗੋਬਿੰਦ ਹਰੇ ਸਭ ਗਾਵੋ ਗੋਬਿੰਦ ਹਰੇ ਗੋਬਿੰਦ ਹਰੇ ਗੋਬਿੰਦ ਹਰੇ ਸਭ ਗਾਵੋ ਗੋਬਿੰਦ ਹਰੇ ਗੁਣ ਗਾਵਤ ਗੁਣੀ ਸਮੋਲਾ ਗੁਣ ਗਾਵਤ ਗੁਣੀ ਸਭ ਗਾਵ ਹੋ ਗੁਣ ਗੋਵਿੰਦ ਹਰੇ ਗੋਵਿੰਦ ਹਰੇ ਗੋਵਿੰਦ ਹਰੇ ਗੁਣ ਗਾਵਤ ਗੁਣੀ ਸਮੋਲਾ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਹਿਬਾਂ ਦੀ ਅਪਰਪਾਰ ਬਖਸ਼ਿਸ਼ ਹੋਈ ਹੈ ਜੋ ਆਪਾਂ ਸਾਰਿਆਂ ਨੂੰ ਇਸ ਪ੍ਰੋਗਰਾਮ ਵਿਸਰ ਨਾਹੀਂ ਦਾ ਤਾਰ ਆਪਣਾ ਨਾਮ ਦੇਹੋ ਦੇ ਮਾਧਿਅਮ ਦੇ ਰਾਹੀਂ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਸਰਵਣ ਕਰਨ ਨੂੰ ਮਿਲ ਰਹੀ ਹੈ। ਆਓ ਸੰਗਤ ਜੀ ਪਿਆਰ ਸਹਿਤ ਸਾਰੇ ਫਤਿਹ ਬੁਲਾਓ, ਕੋਈ ਰਸਨਾ ਵਾਂਝੀ ਨਾ ਰਵੇ, ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਆਪਾਂ ਸ਼ਬਦ ਪੜ੍ਹਿਆ ਅੱਜ ਦੀ ਆਪਣੀ ਵਿਚਾਰ ਵੀ ਇਹਦੇ ਨਾਲ ਹੀ ਹੈ। ਅੱਜ ਕਥਾ ਦਾ ਤਕਰੀਬਨ ਪੰਜਵਾਂ ਭਾਗ ਹੈ ਔਰ ਜਪਜੀ ਸਾਹਿਬ ਦੀ ਵਿਚਾਰ ਚੱਲ ਰਹੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਅੰਗ ਤੇ ਆਪਾਂ ਵਿਚਾਰ ਕਰ ਰਹੇ ਹਾਂ, ਤੀਸਰੀ ਪੌੜੀ ਜਪਜੀ ਸਾਹਿਬ ਦੀ ਬਾਣੀ ਦੀ। ਸਿੱਧਾਂ ਨਾਲ ਗੁਰੂ ਨਾਨਕ ਸਾਹਿਬ ਦੀ ਵਿਚਾਰ ਹੋ ਰਹੀ ਹੈ, ਵਿਚਾਰ ਇਸ ਸ਼ਬਦ ਨਾਲ ਰਲਦੀ ਮਿਲਦੀ ਹੈ। ਪਰਮੇਸ਼ਰ ਦੇ ਗੁਣ ਗਾਉਣ ਵਾਲਿਆਂ ਨੂੰ ਕੀ ਬਖਸ਼ਿਸ਼ ਹੋ ਜਾਂਦੀ ਹੈ, ਪਰਮੇਸ਼ਰ ਦੇ ਗੁਣ ਗਾਉਣ ਵਾਲਿਆਂ ਨੂੰ ਕਿੱਡੀ ਕਿੱਡੀ ਰਹਿਮਤਾਂ ਮਿਲ ਜਾਂਦੀਆਂ ਨੇ। ਆਓ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੂੰ ਕਰੀਏ ਬੇਨਤੀ, ਹੇ ਸੱਚੇ ਪਾਤਸ਼ਾਹ ਆਪਣੀ ਕਥਾ ਆਪ ਵਿੱਚ ਵਰਤ ਕੇ ਕਰਾਓ। ਸਾਰੇ ਪਿਆਰ ਸਹਿਤ ਗੱਜ ਵੱਜ ਕੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਭ ਗਾਵ ਹੋ ਗੁਣ ਗੋਵਿੰਦ ਹਰੇ, ਗੋਵਿੰਦ ਹਰੇ ਗੋਵਿੰਦ ਹਰੇ, ਗੁਣ ਗਾਵਤ ਗੁਣੀ ਸਮੋਲਾ। ਸਾਹਿਬ ਕਹਿੰਦੇ ਪਰਮੇਸ਼ਰ ਦੇ ਗੁਣ ਗਾਓ, ਗੁਣ ਗਾ ਗਾ ਕੇ ਹੋਏਗਾ ਕੀ? ਮਹਾਰਾਜ ਕਹਿੰਦੇ ਤੁਸੀਂ ਵੀ ਗੁਣਾਂ ਦੇ ਵਿੱਚ ਹੀ ਸਮਾ ਜਾਓਗੇ। ਪਰਮੇਸ਼ਰ ਦੇ ਗੁਣ ਗਾ ਗਾ ਕੇ ਹੀ ਪਰਮੇਸ਼ਰ ਦੇ ਵਿੱਚ ਅਭੇਦ ਹੋ ਜਾਈਦਾ। ਸਾਹਿਬ ਗੁਰੂ ਨਾਨਕ ਦੇਵ ਜੀ ਸਿੱਧਾਂ ਦੇ ਨਾਲ ਸੁਮੇਰ ਪਰਬਤਾਂ ਤੇ ਵਿਚਾਰ ਕਰ ਰਹੇ ਨੇ। ਪਹਿਲੀ ਵਿਚਾਰ ਚ ਤੁਸੀਂ ਸੁਣਿਆ, ਪਿਛਲੀ ਵਿਚਾਰ ਦੇ ਵਿੱਚ ਗੁਰਦੇਵ ਕਹਿੰਦੇ ਮਾਲਕ ਦੇ ਹੁਕਮ ਚ ਚੱਲੋ ਹਉਮੈ ਦਾ ਨਾਸ਼ ਹੋ ਜਾਏਗਾ।
ਉਹਦੇ ਹੁਕਮ ਵਿੱਚ ਹੀ ਚੱਲਣਾ ਚਾਹੀਦਾ ਤੇ ਸਭ ਜੀਵ ਚੱਲਦੇ ਵੀ ਉਹਦੇ ਹੁਕਮ 'ਚ ਹੀ ਨੇ ਸਭ ਉਹਦੇ ਹੁਕਮ ਵਿੱਚ ਨੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਉਹਦੇ ਹੁਕਮ ਤੋਂ ਬਾਹਰ ਕੋਈ ਹੁਣ ਸਿੱਧਾ ਨੇ ਮਾਲਕ ਅੱਗੇ ਗੁਰੂ ਨਾਨਕ ਸਾਹਿਬ ਨਿਰੰਕਾਰ ਸਰੂਪ ਅੱਗੇ ਬੇਨਤੀ ਕੀਤੀ ਕਹਿੰਦੇ ਸੱਚੇ ਪਾਤਸ਼ਾਹ ਹੁਕਮ ਉਹਦਾ ਚੱਲਦਾ ਜਿਹਦੇ ਵਿੱਚ ਜ਼ੋਰ ਹੋਵੇ ਹੁਕਮ ਉਹਦਾ ਚੱਲਦਾ ਜਿਹਦੇ ਵਿੱਚ ਕੋਈ ਤਾਕਤ ਹੋਵੇ ਮਹਾਰਾਜ ਜੇ ਤੁਸੀਂ ਮਾਲਕ ਦੇ ਹੁਕਮ ਬਾਰੇ ਨਹੀਂ ਦੱਸ ਸਕਦੇ ਤੇ ਉਹਦੇ ਬਲ ਬਾਰੇ ਹੀ ਦੱਸ ਦਿਓ ਔਰ ਇੱਕ ਸਵਾਲ ਇਹ ਵੀ ਹੈ ਕਿ ਸੱਚੇ ਪਾਤਸ਼ਾਹ ਕੀ ਪਰਮਾਤਮਾ ਦੀ ਕੋਈ ਸਿਫਤ ਵੀ ਕਰਦਾ ਕੀ ਉਸ ਵਾਹਿਗੁਰੂ ਦੀ ਕੋਈ ਸਿਫਤ ਵੀ ਕਰਨ ਵਾਲਾ ਹੈ ਅਤੇ ਨਾਲ ਪੰਜਵਾਂ ਹੀ ਸਵਾਲ ਸਿੱਧਾ ਨੇ ਕੀਤਾ ਸੱਚੇ ਪਾਤਸ਼ਾਹ ਕਿਰਪਾ ਕਰਕੇ ਦੱਸੋ ਪਰਮੇਸ਼ਰ ਨੂੰ ਗਾਉਣ ਵਾਲਿਆਂ ਨੂੰ ਕੀ ਮਿਲਦਾ ਹੈ ਪਰਮੇਸ਼ਰ ਦੇ ਗੁਣ ਗਾਉਣ ਵਾਲਿਆਂ ਨੂੰ ਕੀ ਵਸਤੂ ਪ੍ਰਾਪਤ ਹੋ ਜਾਂਦੀ ਹੈ ਧੰਨ ਗੁਰੂ ਨਾਨਕ ਸਾਹਿਬ ਪੰਜਾਂ ਦੇ ਇੱਕ ਇੱਕ ਪੰਕਤੀ ਵਿੱਚ ਜਵਾਬ ਦਿੰਦੇ ਮਹਾਰਾਜ ਕਹਿੰਦੇ ਗਾਵੈ ਕੋ ਤਾਣ ਹੋਵੇ ਕਿਸੈ ਤਾਂ ਪਿਆਰਿਓ ਪਰਮੇਸ਼ਰ ਦੇ ਕੋਈ ਕੀ ਗੁਣ ਗਾ ਸਕੇਗਾ ਕਿਸੇ ਵਿੱਚ ਤਾਣ ਹੋਵੇ ਤਾਂ ਹੀ ਪਰਮੇਸ਼ਰ ਦੇ ਗੁਣ ਗਾਵੇ ਪਰਮੇਸ਼ਰ ਜਿੱਡਾ ਕਿਸੇ 'ਚ ਤਾਣ ਹੋਵੇ ਤਾਂ ਹੀ ਏਡੇ ਉਹਦੇ ਗੁਣ ਗਾਵੇ ਉਹਦੇ ਜਿੱਡਾ ਕੋਈ ਤਾਣ ਕਿਸੇ ਕੋਲ ਕੀ ਹੈ ਕੋਈ ਉਹਦੇ ਗੁਣ ਗਾ ਲਵੇ ਇਹ ਤਾਂ ਸਿਫਤ ਆਪਣੀ ਮਾਲਕ ਆਪ ਹੀ ਆਪਣੇ ਪਿਆਰਿਆਂ ਨੂੰ ਬਖਸ਼ਦਾ ਹੈ ਜਿਹਨੂੰ ਬਖਸ਼ ਦਿੰਦਾ ਉਹਨੂੰ ਪਾਤਸ਼ਾਹਾਂ ਦੇ ਪਾਤਸ਼ਾਹ ਬਣਾ ਦਿੰਦਾ ਜਿਸਨੋਂ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਗੁਰਦੇਵ ਸੱਚੇ ਪਾਤਸ਼ਾਹ ਦੂਜੇ ਸਵਾਲ ਦਾ ਜਵਾਬ ਦਿੰਦੇ ਸਿੱਧੋ ਪਰਮੇਸ਼ਰ ਨੂੰ ਕੋਈ ਇਸ ਕਰਕੇ ਗਾ ਰਿਹਾ ਕਿ ਵਾਹਿਗੁਰੂ ਤੂੰ ਬੜੇ ਤਾਣ ਵਾਲਾ ਹੈ ਸਾਰੇ ਸੰਸਾਰ ਨੂੰ ਚਲਾ ਰਿਹਾ ਤੇਰਾ ਤਾਣ ਬਹੁਤ ਹੈ ਤਾਂ ਕਰਕੇ ਪਰਮੇਸ਼ਰ ਨੂੰ ਚੇਤੇ ਕਰਦੇ ਕੋਈ ਉਹਦੇ ਤਾਣ ਨੂੰ ਗਾ ਰਿਹਾ ਵੀ ਤੂੰ ਸਾਰੇ ਕਿਤੇ ਆਪਣਾ ਬਲ ਕੀਤਾ ਹੋਇਆ ਪੜਦੇ ਹੋ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ ਸਭ ਦਿਸ਼ਾਵਾਂ ਵਿੱਚ ਤੇਰੀ ਸੱਤੇ ਹੈ ਕਈ ਇਸ ਕਰਕੇ ਵੀ ਵਾਹਿਗੁਰੂ ਨੂੰ ਗਾ ਰਹੇ ਨੇ ਤੀਜਾ ਅਰਥ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਦੇ ਭਗਤਾਂ ਨੂੰ ਤੁਸੀਂ ਕਿਹਾ ਵੀ ਗਾਉਣ ਵਾਲਿਆਂ ਨੂੰ ਕੀ ਮਿਲਦਾ ਮਹਾਰਾਜ ਕਹਿੰਦੇ ਗਾਵੈ ਕੋ ਤਾਣ ਹੋਵੇ ਕਿਸੈ ਤਾਣ ਜਿਹੜਾ ਜਿੰਨਾ ਤਾਣ ਰੱਖ ਕੇ ਜਿੰਨਾ ਬਲ ਰੱਖ ਕੇ ਪਰਮੇਸ਼ਰ ਦੇ ਗੁਣ ਗਾਉਂਦਾ ਪਰਮੇਸ਼ਰ ਉਹਨੂੰ ਓਨਾ ਹੀ ਤਾਣ ਦੇ ਦਿੰਦਾ ਬੜੀਆਂ ਰਹਿਮਤਾਂ ਗੁਰਬਾਣੀ ਵਿੱਚ ਨੇ ਜਿਹੜਾ ਦੂਜਾ ਸਵਾਲ ਵੀ ਨਾਲ ਸਿੱਧਾ ਨੇ ਕੀਤਾ ਸੀ ਮਹਾਰਾਜ ਕੋਈ ਪਰਮੇਸ਼ਰ ਨੂੰ ਕਿੱਦਾਂ ਗਾ ਲੈਂਦਾ ਤੇ ਗੁਰਦੇਵ ਕਹਿੰਦੇ ਗਾਵੈ ਕੋ ਤਾਣ ਹੋਵੇ ਕਿਸੈ ਤਾਣ ਜਿੰਨੀ ਕਿਸੇ ਨੂੰ ਪਰਮਾਤਮਾ ਨੇ ਬਲ ਬੁੱਧੀ ਬਖਸ਼ੀ ਹੈ ਉਸ ਅਨੁਸਾਰ ਹੀ ਜੀਵ ਉਹਦੇ ਗੁਣ ਗਾਉਂਦਾ ਹੈ ਜਿੰਨਾ ਕਿਸੇ ਕੋਲ ਤਾਣ ਹੈ ਓਨਾ ਹੀ ਉਹਦੇ ਪਰਮੇਸ਼ਰ ਦੇ ਗੁਣ ਗਾਉਂਦਾ ਹੈ ਗਾਵੈ ਕੋ ਤਾਣ ਹੋਵੇ ਕਿਸੈ ਤਾਣ ਕੋਈ ਉਹਦੇ ਬਲ ਨੂੰ ਗਾ ਰਿਹਾ ਪਰਮਾਤਮਾ ਤੋਂ ਬੜਾ ਬਲੀ ਹੈ ਪਰਮੇਸ਼ਰ ਉਹਦੇ ਉੱਤੇ ਵੀ ਕਿਰਪਾ ਕਰ ਦਿੰਦਾ ਜਿੱਡਾ ਕੋਈ ਉੱਚਾ ਸਮਝ ਕੇ ਪਰਮੇਸ਼ਰ ਨੂੰ ਗਾਉਂਦਾ ਪਰਮੇਸ਼ਰ ਓਨੇ ਚੰਗੇ ਓਨਾ ਹੀ ਉੱਚਾ ਉਸ ਜੀਵਨ ਦੇ ਆਚਰਣ ਨੂੰ ਕਰ ਦਿੰਦਾ ਗੁਰਦੇਵ ਕਹਿੰਦੇ ਗਾਵੈ ਕੋ ਦਾਤ ਜਾਣੈ ਨੀਸਾਨ ਕੋਈ ਪਰਮੇਸ਼ਰ ਨੂੰ ਗਾਉਂਦਾ ਮਾਲਕਾ ਸਭ ਦਾਤਾਂ ਤੂੰ ਹੀ ਦਿੱਤੀਆਂ ਹੋਈਆਂ ਨੇ ਉਹਦੀਆਂ ਦਾਤਾਂ ਨੂੰ ਵੇਖ ਵੇਖ ਕੇ ਕਈ ਰੱਬ ਦੇ ਭਗਤ ਹੁੰਦੇ ਨੇ ਪਰਮੇਸ਼ਰ ਦੀ ਦਿੱਤੀ ਰੋਟੀ ਖਾਣ ਲੱਗਿਆਂ ਵੀ ਕਹਿਣਗੇ ਸੱਚੇ ਪਾਤਸ਼ਾਹ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਉਦੋਂ ਵੀ ਗੁਣ ਗਾ ਲਏ ਕਈ ਉਹਦੀਆਂ ਦਾਤਾਂ ਦੇਖ ਕੇ ਹੀ ਗੁਣ ਗਾਉਂਦੇ ਨੇ ਜੈ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੇ ਕਈ ਉਹਦੀਆਂ ਮਹਿਮਾ ਵੇਖ ਵੇਖ ਕੇ ਉਹਦੀ ਬਖਸ਼ਿਸ਼ ਵੇਖ ਵੇਖ ਕੇ ਉਹਦੇ ਗੁਣ ਗਾਉਂਦੇ ਨੇ ਗਾਵੈ ਕੋ ਦਾਤ ਜਾਣੈ ਨਿਸਾਨ ਤੇ ਕਈ ਗਾਉਂਦੇ ਨੇ ਪਾਤਸ਼ਾਹ ਮੇਰਾ ਫਲਾਣਾ ਦੁੱਖ ਦੂਰ ਹੋ ਜਾਵੇ ਮੇਰੇ ਉੱਤੇ ਇਹ ਬਖਸ਼ਿਸ਼ ਕਰਦੇ ਇਹ ਨਿਸ਼ਾਨਾ ਰੱਖ ਕੇ ਮਕਸਦ ਰੱਖ ਕੇ ਉਹ ਭਜਨ ਬੰਦਗੀ ਕਰਦੇ ਨੇ ਤੇ ਮਾਲਕ ਉਹਨਾਂ ਦੇ ਦੁੱਖ ਵੀ ਲਾਉਂਦਾ ਹੈ ਜੀ ਗਾਵੈ ਕੋ ਦਾਤ ਜਾਣੈ ਨਿਸਾਨ ਕਈ ਪਰਮੇਸ਼ਰ ਦੀਆਂ ਦਿੱਤੀਆਂ ਦਾਤਾਂ ਨੂੰ ਉਸਦੀ ਬਖਸ਼ਿਸ਼ ਸਮਝ ਕੇ ਗਾਉਂਦੇ ਨੇ ਗਾਵੈ ਕੋ ਗੁਣ ਵਡਿਆਈਆਂ ਚਾਰ ਕੋਈ ਮਾਲਕ ਦੇ ਗੁਣ ਗਾਉਂਦਾ ਹੈ ਕਿ ਪਰਮਾਤਮਾ ਮੈਨੂੰ ਸੱਤ ਸੰਤੋਖ ਧਰਮ ਧੀਰਜ ਬਖਸ਼ ਦੇ ਤੂੰ ਮੈਨੂੰ ਸ਼ੁਭ ਸੁੰਦਰ ਗੁਣ ਬਖਸ਼ੇ ਨੇ ਤਾਂ ਕਰਕੇ ਵੀ ਕੋਈ ਪਰਮੇਸ਼ਰ ਨੂੰ ਗਾ ਰਿਹਾ ਕੋਈ ਪਰਮਾਤਮਾ ਦੇ ਸੁੰਦਰ ਗੁਣ ਤੇ ਵਡਿਆਈਆਂ ਵੇਖ ਕੇ ਉਸਦੇ ਗੁਣ ਗਾਉਂਦਾ ਹੈ ਕਈ ਪਰਮੇਸ਼ਰ ਨੂੰ ਤਾਂ ਗਾਉਂਦੇ ਨੇ ਪਰਮੇਸ਼ਰ ਨੇ ਸੋਹਣੇ ਗੁਣ ਬਖਸ਼ ਦਿੱਤੇ ਨੇ ਕਈ ਪਰਮੇਸ਼ਰ ਨੂੰ ਗਾਉਂਦੇ ਨੇ ਪਰਮੇਸ਼ਰ ਦੇ ਗੁਣ ਗਾ ਕੇ ਉਹਨਾਂ ਦੇ ਅੰਦਰ ਵਡਿਆਈਆਂ ਆ ਗਈਆਂ ਨੇ ਕਈ ਪਰਮੇਸ਼ਰ ਨੂੰ ਗਾਉਂਦੇ ਨੇ ਕਿਉਂਕਿ ਪਰਮੇਸ਼ਰ ਨੂੰ ਗਾਉਣ ਕਰਕੇ ਉਹਨਾਂ ਦੀ ਦੁਨੀਆਂ ਦੇ ਵਿੱਚ ਵਡਿਆਈ ਹੋਣ ਲੱਗ ਗਈ ਹੈ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਕਈ ਪਰਮੇਸ਼ਰ ਨੂੰ ਗਾਉਂਦੇ ਨੇ ਪਰਮੇਸ਼ਰ ਦੀ ਵਿਖਮ ਵਿਦਿਆ ਦੇ ਰਾਹੀਂ ਵਿਦਿਆ ਦੇ ਬਲ ਦੇ ਨਾਲ ਪਰਮੇਸ਼ਰ ਨੂੰ ਨਾਨਾ ਪ੍ਰਕਾਰ ਭਾਵ ਅਕਾਲ ਪੁਰਖ ਨੂੰ ਬੇਅੰਤ ਤਰੀਕਿਆਂ ਦੇ ਨਾਲ ਉਹਦੇ ਜਸ ਨੂੰ ਗਾਉਂਦਾ ਹੈ ਉਹਦੇ ਵੇਦਾਂ ਸ਼ਾਸਤਰਾਂ ਕਈ ਪਰਮੇਸ਼ਰ ਨੂੰ ਗਾਉਂਦੇ ਨੇ ਪਰਮੇਸ਼ਰ ਦੀ ਗੁਰਬਾਣੀ ਦੇ ਰਾਹੀਂ ਉਹਦੇ ਗੁਣ ਗਾਉਂਦੇ ਨੇ
ਗਾਵੈ ਕੋ ਵਿਦਿਆ ਵਿਖਮ ਵਿਚਾਰ ਤੇ ਦੂਜਾ ਅਰਥ ਕਈ ਪਰਮੇਸ਼ਰ ਨੂੰ ਗਾਉਂਦੇ ਨੇ ਤੇ ਪਰਮੇਸ਼ਰ ਉਹਨਾਂ ਤੇ ਬਖਸ਼ਿਸ਼ ਕਰ ਦਿੰਦਾ ਵਿਦਿਆ ਦੇ ਚਤੁਰ ਵਕਤਾ ਵੇਦਾਂ ਦੇ ਸ਼ਾਸਤਰਾਂ ਦੇ ਗਿਆਤਾ ਬਣਾ ਦਿੰਦਾ ਹੈ ਮਾਲਕ ਉਹਨਾਂ ਨੂੰ ਚੰਗੀ ਸੂਝ ਬੂਝ ਵਾਲਾ ਵਿਦਵਾਨ ਮਾਰਤੰਡ ਬਣਾ ਦਿੰਦਾ ਹੈ ਕਈ ਤਾਂ ਕਰਕੇ ਪਰਮੇਸ਼ਰ ਨੂੰ ਗਾਉਂਦੇ ਨੇ ਗਾਵੈ ਕੋ ਸਾਜ ਕਰੇ ਤਨ ਖੇਹ ਕਈ ਪਰਮੇਸ਼ਰ ਨੂੰ ਗਾਉਂਦੇ ਨੇ ਕਿਉਂਕਿ ਪਰਮੇਸ਼ਰ ਜੀਵਾਂ ਨੂੰ ਸਾਜ ਕੇ ਮੁੜ ਕੇ ਅੱਖ ਝਪੱਕੇ ਵਿੱਚ ਹੀ ਖੇਹ ਕਰ ਦਿੰਦਾ ਹੈ ਕਈ ਪਰਮੇਸ਼ਰ ਨੂੰ ਗਾਉਂਦੇ ਨੇ ਕਿਉਂਕਿ ਪਰਮੇਸ਼ਰ ਸੰਸਾਰ ਇੱਕ ਅੱਖ ਦੇ ਝਪੱਕੇ ਵਿੱਚ ਹੀ ਪੈਦਾ ਕਰਕੇ ਮੁੜ ਕੇ ਇੱਕ ਮਿੰਟ ਦੇ ਵਿੱਚ ਇਹ ਸੰਸਾਰ ਨੂੰ ਖੇਹ ਵੀ ਕਰ ਦਿੰਦਾ ਹੈ ਕਈ ਪਰਮਾਤਮਾ ਨੂੰ ਗਾਉਂਦੇ ਨੇ ਕਿ ਉਹ ਪੰਜਾਂ ਤੱਤਾਂ ਦਾ ਇਹ ਸਰੀਰ ਬਣਾ ਕੇ ਮੁੜ ਸਰੀਰ ਨੂੰ ਫਿਰ ਸਵਾਹ ਬਣਾ ਦਿੰਦਾ ਕਿੱਡੀ ਵਡਿਆਈ ਅਕਾਲ ਪੁਰਖ ਵਾਹਿਗੁਰੂ ਦੀ ਹੈ ਇੱਕ ਮਿੰਟ ਵਿੱਚ ਸਾਜ ਕੇ ਇੱਕ ਮਿੰਟ ਵਿੱਚ ਖੇਹ ਵੀ ਕਰ ਦਿੰਦਾ ਉਹਦੀ ਇਹ ਸ਼ਕਤੀ ਨੂੰ ਵੇਖ ਕੇ ਕਈ ਉਹਦੇ ਗੁਣ ਗਾਉਂਦੇ ਨੇ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀਉ ਲੈ ਫਿਰ ਦੇਹ ਕਈ ਗਾਉਂਦੇ ਨੇ ਸੱਚੇ ਪਾਤਸ਼ਾਹ ਤੂੰ ਸਾਨੂੰ ਸਵਾਸ ਦਿੱਤੇ ਨੇ ਜੀਵ ਰੂਪ ਆਤਮਾ ਦੀ ਬਖਸ਼ਿਸ਼ ਸਵਾਸਾਂ ਦੀ ਪੂੰਜੀ ਸਾਨੂੰ ਦਿੱਤੀ ਹੈ ਸੱਚੇ ਪਾਤਸ਼ਾਹ ਤੇਰੇ ਤਾਂ ਗੁਣ ਗਾਉਂਦੇ ਹਾਂ ਤੂੰ ਸਵਾਸ ਦਿੰਦਾ ਤੇ ਮੁੜ ਕੇ ਖਿੱਚ ਵੀ ਲੈਂਦਾ ਕਈ ਤਾਂ ਪਰਮੇਸ਼ਰ ਨੂੰ ਗਾਉਂਦੇ ਨੇ ਪਰਮੇਸ਼ਰ ਜੀਵ ਨੂੰ ਸੰਸਾਰ ਤੇ ਭੇਜ ਕੇ ਮੁੜ ਕੇ ਵਾਪਸ ਵੀ ਸੱਦ ਲੈਂਦਾ ਤੇ ਉਹਦੇ ਗੁਣ ਗਾਉਂਦੇ ਹੀ ਰਹਿਣਾ ਚਾਹੀਦਾ ਗਾਵੈ ਕੋ ਜੀਵ ਲੈ ਫਿਰ ਦੇ ਦੂਜਾ ਅਰਥ ਇਹਦਾ ਇਹ ਵੀ ਹੈ ਕੋਈ ਪਰਮਾਤਮਾ ਨੂੰ ਤਾਂ ਗਾਉਂਦਾ ਵੀ ਮਾਲਕ ਇੱਕ ਸਰੀਰ ਰੂਪੀ ਚੋਲੇ ਚੋਂ ਜਿੰਦ ਕੱਢ ਕੇ ਦੂਜੇ ਸਰੀਰ ਰੂਪੀ ਚੋਲੇ ਚ ਪਾ ਦਿੰਦਾ ਇਹ ਵੀ ਕਈਆਂ ਨੇ ਅਰਥ ਕੀਤੇ ਨੇ ਗਾਵੈ ਕੋ ਜਾਪੈ ਦਿਸੈ ਦੂਰ ਮਹਾਰਾਜ ਕਹਿੰਦੇ ਕਈ ਪਰਮੇਸ਼ਰ ਨੂੰ ਗਾਉਂਦੇ ਨੇ ਵੀ ਪਰਮੇਸ਼ਰ ਉਹ ਵਾਹਿਗੁਰੂ ਅਕਾਲ ਪੁਰਖ ਨਿਰੰਕਾਰ ਹੈ ਕਈਆਂ ਨੂੰ ਜਾਪਦਾ ਵੀ ਪਰਮੇਸ਼ਰ ਉਹ ਅਕਾਲ ਪੁਰਖ ਹੈ ਸੱਤਵੇਂ ਆਕਾਸ਼ ਤੇ ਬੈਠਾ ਹੈ ਉਹ ਉੱਚੀਆਂ ਚੋਟੀਆਂ ਦੇ ਉੱਤੇ ਉਹਦਾ ਵਸ ਹੈ ਕੋਈ ਤੇ ਇਹ ਕਹਿੰਦਾ ਵੀ ਪਰਮਾਤਮਾ ਬਹੁਤ ਦੂਰ ਹੈ ਇਸ ਕਰਕੇ ਉਹ ਦੂਰ ਜਾਪ ਕੇ ਦੂਰ ਭਾਵ ਨਾਲ ਪਰਮੇਸ਼ਰ ਨੂੰ ਗਾਉਂਦੇ ਨੇ ਕਈ ਪਰਮੇਸ਼ਰ ਨੂੰ ਉੱਚਾ ਕਹਿ ਕੇ ਕਈ ਕਹਿੰਦੇ ਨੇ ਉਹ ਵਾਹਿਗੁਰੂ ਹੈ ਗਾਵੈ ਕੋ ਜਾਪੈ ਦਿਸੈ ਦੂਰ ਕਈ ਪਰਮੇਸ਼ਰ ਨੂੰ ਗਾਉਂਦੇ ਨੇ ਅੱਖਾਂ ਬੰਦ ਕਰਕੇ ਨੇਤਰ ਬੰਦ ਕਰਕੇ ਧਿਆਨ ਲਾ ਕੇ ਦਸਮ ਦੁਆਰ ਦੇ ਰਾਹੀਂ ਆਪਣੀ ਸੁਰਤ ਜੋੜ ਲੈਂਦੇ ਆ ਉਹ ਹਿਰਦੇ ਵਿੱਚ ਹੀ ਧੁਨ ਮਹਿ ਧਿਆਨ ਧਿਆਨ ਮਹਿ ਜਾਂਦਿਆਂ ਗਾਵੈ ਕੋ ਵੇਖੈ ਹਾਦਰਾ ਹਜ਼ੂਰ ਕਹਿੰਦੇ ਕਈ ਗਾਉਂਦੇ ਨੇ ਪਰਮੇਸ਼ਰ ਨੂੰ ਹਾਜ਼ਰ ਹਜ਼ੂਰ ਸਮਝ ਕੇ ਤੇ ਬਾਜਾਂ ਵਾਲੇ ਸਤਿਗੁਰੂ ਵੀ ਦਸਮ 'ਚ ਕਹਿੰਦੇ ਨੇ ਕਿ ਜਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਸਾਰਿਆਂ ਦੇ ਵਿੱਚ ਵਾਹਿਗੁਰੂ ਆਪ ਵੱਸਦਾ ਹੁਣ ਗੁਰਦੇਵ ਸੱਚੇ ਪਾਤਸ਼ਾਹ ਤੋਂ ਇਹ ਮਹਿਮਾ ਸਿੱਧਾਂ ਨੇ ਸੁਣੀ ਫਿਰ ਸਿੱਧਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਾਰੇ ਗੁਣ ਗਾਉਂਦੇ ਨੇ ਕਿਰਪਾ ਕਰਕੇ ਦੱਸੋ ਉਹਦੀ ਕਥਾ ਕਿੰਨੀ ਕੁ ਹੈ ਉਸ ਮਾਲਕ ਦੀ ਕਥਾ ਕਿੰਨੀ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਕਥਨਾ ਕਥੀ ਨਾ ਆਵੈ ਤੋਟ ਸਤਿਗੁਰ ਕਹਿੰਦੇ ਕਥਾਕਾਰ ਬਹੁਤ ਕਥਾ ਕਰਦੇ ਨੇ ਪਰ ਉਹਦੀ ਕਥਾ ਨਹੀਂ ਕਦੀ ਮੁੱਕਦੀ ਉਹਦਾ ਖਜ਼ਾਨਾ ਇੰਨਾ ਹੈ ਨਾਮ ਦਾ ਉਹਦੀ ਮਹਿਮਾ ਇੰਨੀ ਹੈ ਕਿ ਸਤਿਗੁਰ ਕਹਿੰਦੇ ਮਹਿਮਾ ਨਾ ਜਾਣੈ ਵੇਦ ਬ੍ਰਹਮੇ ਨਾ ਜਾਣੈ ਭੇਦ ਅਵਤਾਰ ਨਾ ਜਾਣੈ ਅੰਤ ਪਰਮੇਸ਼ਰ ਪਾਰ ਬ੍ਰਹਮ ਬੇਅੰਤ ਉਹਦੀ ਕਥਾ ਕਦੇ ਮੁੱਕਦੀ ਨਹੀਂ ਉਹਦੀ ਕਥਾ ਕਦੇ ਮੁੱਕਣ ਵਾਲੀ ਨਹੀਂ ਅਮੁੱਕ ਹੈ ਇਸ ਕਰਕੇ ਗੁਰੂ ਨਾਨਕ ਸਾਹਿਬ ਕਹਿੰਦੇ ਕਥਨਾ ਕਥੀ ਨਾ ਆਵੈ ਤੋਟ ਸਿੱਧੋ ਪਰਮੇਸ਼ਰ ਦੀ ਕਥਾ ਨਹੀਂ ਕਦੇ ਮੁੱਕਣ ਲੱਗੀ ਕਥ ਕਥ ਕਥੀ ਕੋਟੀ ਕੋਟ ਕੋਟ ਮਹਾਰਾਜ ਕਹਿੰਦੇ ਪਹਿਲਾਂ ਵੀ ਪਿਛਲੇ ਸਮੇਂ ਦੌਰਾਨ ਵੀ ਬੜਿਆਂ ਕਥਾਕਾਰਾਂ ਨੇ ਪਰਮੇਸ਼ਰ ਦੀ ਕਥਾ ਕੀਤੀ ਹੁਣ ਵੀ ਬੜੇ ਕਥਾ ਉਹਦੀ ਕਰ ਰਹੇ ਨੇ ਤੇ ਬੜਿਆਂ ਨੇ ਗਾਂਹ ਵੀ ਕਥਾ ਕਰਨੀ ਹੈ ਮਹਾਰਾਜ ਕਹਿੰਦੇ ਕਰੋੜਾਂ ਹੀ ਪਹਿਲਾਂ ਕਥਾ ਕਰਦੇ ਰਹੇ ਕਰੋੜਾਂ ਹੀ ਹੁਣ ਕਰ ਰਹੇ ਨੇ ਕਰੋੜਾਂ ਹੀ ਗਾਂਹ ਕਰਨਗੇ ਪਰ ਮਾਲਕ ਦੀ ਕਥਨੀ ਕਦੇ ਮੁੱਕਦੀ ਨਹੀਂ ਉਹਦੇ ਮਹਿਮਾ ਦਾ ਕੋਈ ਅੰਤ ਨਹੀਂ ਕਥ ਕਥ ਕਥੀ ਕੋਟੀ ਕੋਟ ਕੋਟ ਕਰੋੜਾਂ ਦਾਨਿਆਂ ਨੇ ਕਰੋੜਾਂ ਵਾਰ ਪਰਮਾਤਮਾ ਦੀ ਕਥਾ ਕੀਤੀ ਪਰ ਉਹਨਾਂ ਨੂੰ ਕਦੇ ਸਫਲਤਾ ਪੂਰਨ ਕਥਾ ਕੋਈ ਕਰ ਹੀ ਨਹੀਂ ਸਕਿਆ ਮੈਂ ਪਹਿਲੇ ਦਿਨ ਹੀ ਕਿਹਾ ਸੀ ਪੂਰੀ ਕਥਾ ਨਹੀਂ ਕਦੀ ਇਹ ਹੋਣੀ ਕਥ ਕਥ ਕਥੀ ਕੋਟੀ ਕੋਟ ਕੋਟ ਜਿੰਨੀ ਮਾਲਕ ਕਿਸੇ ਨੂੰ ਸਮਰੱਥਾ ਦੇਵੇ ਉਹਨਾਂ ਕੀ ਅਗਲਾ ਬੋਲ ਸਕਦਾ ਜਿੰਨੀ ਮਤ ਦਿੰਦਾ ਜਿਉਂ ਬਲਾਵ ਹੋ ਤਿਉਂ ਨਾਨਕ ਦਾਸ ਬੋਲੇ ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵੀ ਕਹਿੰਦੇ ਨੇ ਨਾ ਕਿ ਪਰਮੇਸ਼ਰ ਦੀ ਮਹਿਮਾ ਇੰਨੀ ਹੈ ਕਿ ਤਿੰਨਾਂ ਭਵਨਾਂ ਦੇ ਮਹੀਪ ਸੱਚੇ ਪਾਤਸ਼ਾਹ ਕਹਿੰਦੇ ਨੇ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਕਹਿੰਦੇ ਮਨੁੱਖ ਦੇਵਤੇ ਤੇ ਤਿੰਨਾਂ ਭਵਨਾਂ ਦੇ ਵਿੱਚ ਕਹਿੰਦੇ ਪਰਮਾਤਮਾ ਨੂੰ ਸਾਰੇ ਸੀਸ ਹੀ ਝੁਕਾ ਰਹੇ ਨੇ ਧੰਨ ਧਾਨੀ ਕਹਿੰਦੇ ਨੇ ਸੋ ਮਾਲਕ ਦੀ ਕਥਾ ਕਦੇ ਮੁੱਕੜੀ ਨਹੀਂ ਹੁਣ ਸਿੱਧਾਂ ਨੇ ਸਵਾਲ ਕੀਤਾ ਮਹਾਰਾਜ ਜੀ ਜਿਹੜੇ ਪਰਮੇਸ਼ਰ ਦੇ ਨਾਮ ਦੇ ਵਿੱਚ ਪਰਮੇਸ਼ਰ ਦੀ ਮਹਿਮਾ ਕਰਦੇ ਨੇ ਉਹਦੇ ਗੁਣ ਗਾਉਂਦੇ ਨੇ ਮਾਲਕ ਉਹਨਾਂ ਨੂੰ ਫਿਰ ਦਾਤਾਂ ਵੀ ਦਿੰਦਾ
ਜਾਂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਦੱਸੋ ਪਰਮੇਸ਼ਰ ਦੇ ਜਿਹੜੇ ਗੁਣ ਗਾਉਂਦੇ ਨੇ ਉਹਨਾਂ ਨੂੰ ਦਾਤਾਂ ਕੌਣ ਦਿੰਦਾ ਹੈ? ਸਾਹਿਬ ਕਹਿੰਦੇ ਉਹਨਾਂ ਦੀ ਗੱਲ ਛੱਡੋ, ਇਸ ਸੰਸਾਰ ਤੇ ਕੋਈ ਵੀ ਹੈ, ਦਾਤਾਂ ਸਾਰਿਆਂ ਨੂੰ ਵਾਹਿਗੁਰੂ ਦੇ ਰਿਹਾ, ਰੋਜੀ ਸਾਰਿਆਂ ਨੂੰ ਪਰਮੇਸ਼ਰ ਦੇ ਰਿਹਾ। ਜਿਵੇਂ ਜਾਪ ਸਾਹਿਬ ਚ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਰੋਜੀ ਦਹਿੰਦ ਹੈ, ਸਾਰਿਆਂ ਨੂੰ ਰੋਜੀ ਵਾਹਿਗੁਰੂ ਆਪ ਦੇ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਕਹਿੰਦੇ ਕਹਿੰਦੇ ਜਿਹੜੇ ਉਹਦੇ ਗੁਣ ਗਾਉਂਦੇ ਨੇ, ਮਹਾਰਾਜ ਕਹਿੰਦੇ ਦਿੰਦਾ ਦੇ ਲੈਂਦੇ ਥੱਕ ਪਾਹੇ, ਕਹਿੰਦੇ ਪਰਮਾਤਮਾ ਬੜੀਆਂ ਦਾਤਾਂ ਦਿੰਦਾ। ਇੱਕ ਸਵਾਲ ਇਹ ਵੀ ਸੀ ਸਿੱਧਾਂ ਦਾ ਕਿ ਮਹਾਰਾਜ ਜੇ ਇੰਨੇ ਪਰਮੇਸ਼ਰ ਦਾ ਗੁਣ ਗਾਉਂਦੇ ਨੇ, ਪਰਮੇਸ਼ਰ ਫਿਰ ਦਾਤਾਂ ਦਿੰਦਾ ਹੋਣਾ, ਥੱਕ ਜਾਂਦਾ ਹੋਣਾ? ਮਹਾਰਾਜ ਕਹਿੰਦੇ ਉਹ ਨਹੀਂ ਥੱਕਦਾ, ਦਾਤਾਂ ਲੈਣ ਵਾਲੇ ਥੱਕ ਜਾਂਦੇ ਨੇ, ਉਹ ਵਾਹਿਗੁਰੂ ਦਾਤਾਂ ਦਿੰਦਿਆਂ ਨਹੀਂ ਥੱਕਦਾ। ਦਿੰਦਾ ਦੇ ਲੈਂਦੇ ਥੱਕ ਪਾਹੇ, ਕਹਿੰਦੇ ਬੜਾ ਦਿਆਲ ਹੁੰਦਾ ਜੇ ਕੋਈ ਉਹਦੇ ਹੁਕਮ ਚ ਚੱਲੇ। ਜੁਗਾ ਜੁਗੰਤਰ ਖਾਹੀ ਖਾਹੇ, ਕਹਿੰਦੇ ਇੰਨੀਆਂ ਕੁ ਦਾਤਾਂ ਦਿੰਦਾ ਕਿ ਜੁਗਾ ਜੁਗੰਤਰ ਖਾਹੀ ਖਾਹੇ, ਆਪਣੇ ਜੀਵਾਂ ਨੂੰ ਦਾਤਾਂ ਦਿੰਦਾ ਰਹਿੰਦਾ। ਉਹ ਇੰਨੀਆਂ ਦਾਤਾਂ ਦਿੰਦਾ ਕਿ ਲੈਣ ਵਾਲੇ ਥੱਕ ਜਾਂਦੇ ਨੇ, ਵਾਹਿਗੁਰੂ ਦਾਤਾਂ ਦਿੰਦਾ ਨਹੀਂ ਕਦੇ ਥੱਕਦਾ। ਉਹਦੇ ਪਿਆਰੇ ਮੰਗਦੇ ਵੀ ਉਹ ਤੋਂ ਹੀ ਨੇ। ਬਾਰਕ ਵਾਂਗੀ ਹੋ ਸਭ ਕੁਛ ਮੰਗਾਂ, ਦਿੰਦਾ ਤੋਟ ਨਹੀਂ ਪ੍ਰਭ ਰੰਗਾ। ਹੇ ਵਾਹਿਗੁਰੂ, ਤੇਰੇ ਪਿਆਰੇ ਮੰਗਦੇ ਵੀ ਤੇਰੇ ਤੋਂ ਹੀ ਨੇ, ਤੇਰੀ ਓ ਟੇਕ ਆਉਂਦਾ। ਸਰਬੇ ਜਾਚਕ ਤੂੰ ਪ੍ਰਭ ਦਾਤਾ, ਦਾਤ ਕਰੇ ਆਪਣੇ ਵਿਚਾਰ, ਕੋਟ ਤੇਤੀਸ ਜਾਚੈ ਪ੍ਰਭ ਨਾਇਕ, ਦਿੰਦੇ ਤੋਟ ਨਹੀਂ ਭੰਡਾਰ। ਹੁਣ ਸਿੱਧਾਂ ਨੇ ਸਵਾਲ ਕੀਤਾ, ਮਹਾਰਾਜ ਪਰਮੇਸ਼ਰ ਦਾਤਾਂ ਦਿੰਦਾ ਹੈ, ਕਿਰਪਾ ਕਰਕੇ ਦੱਸੋ ਜਿਹੜਾ ਮਨੁੱਖ ਹੈ, ਜਿਹੜਾ ਜੀਵ ਹੈ, ਉਹ ਸੁਤੰਤਰ ਹੈ ਕਿ ਪਤੰਤਰ ਹੈ? ਜੀਵ ਆਜ਼ਾਦ ਹੈ ਕਿ ਪਤੰਤਰ ਹੈ? ਗੁਰਦੇਵ ਸੱਚੇ ਪਾਤਸ਼ਾਹ ਕਹਿੰਦੇ ਭਾਈ ਸਾਰੇ ਜੀਵ ਉਸ ਮਾਲਕ ਦੇ ਹੁਕਮ ਵਿੱਚ ਹੀ ਚੱਲ ਰਹੇ ਨੇ। ਹੁਕਮੀ ਹੁਕਮ ਚਲਾਏ ਰਾਹੋ, ਉਹ ਮਾਲਕ ਸਾਰਿਆਂ ਨੂੰ ਆਪਣੇ ਹੁਕਮ ਅਨੁਸਾਰ ਚਲਾਉਂਦਾ। ਤੇ ਆਪਣੇ ਤਮਾਸ਼ੇ ਨੂੰ ਵੇਖ ਕੇ, ਆਪਣੇ ਜੀਵਾਂ ਨੂੰ ਵੇਖ ਕੇ ਕਹਿੰਦੇ ਵਾਹਿਗੁਰੂ ਵੇ ਪ੍ਰਵਾਹ ਖੁਸ਼ ਰਹਿੰਦਾ, ਨਾਨਕ ਵਿਗਸੈ ਵੇ ਪ੍ਰਵਾਹ। ਉਹ ਪਰਮਾਤਮਾ ਸਾਰੇ ਸੰਸਾਰ ਨੂੰ ਆਪਣੇ ਹੁਕਮ ਵਿੱਚ ਚਲਾ ਰਿਹਾ ਹੈ। ਹੁਕਮੀ ਹੁਕਮ ਚਲਾਏ ਰਾਹੋ, ਸਾਰੇ ਸੰਸਾਰ ਨੂੰ ਵਾਹਿਗੁਰੂ ਆਪਣੇ ਹੁਕਮ ਵਿੱਚ ਚਲਾ ਰਿਹਾ। ਤੇ ਮਹਾਰਾਜ ਕਹਿੰਦੇ ਉਹ ਹੁਕਮ ਚ ਚਲਾ ਕੇ ਨਾਨਕ ਵਿਗਸੈ ਬੇਪਰਵਾਹ ਹੋ। ਸਤਿਗੁਰੂ ਕਹਿੰਦੇ ਕਿ ਉਹ ਬੇਪਰਵਾਹ ਪਰਮਾਤਮਾ ਆਪਣੀ ਕਾਰ ਵਿਹਾਰ ਵੇਖ ਕੇ ਪ੍ਰਸੰਨ ਵੀ ਹੋ ਰਿਹਾ ਹੈ। ਸੋ ਗੁਰਮੁਖੋ, ਇੱਥੇ ਜਪਜੀ ਸਾਹਿਬ ਦੀ ਤੀਜੀ ਪੌੜੀ ਦੀ ਸਮਾਪਤੀ ਹੈ ਜੀ। ਆਓ ਇੰਨੀਆਂ ਕੁ ਬੇਨਤੀਆਂ ਕਰਿਓ ਪ੍ਰਵਾਨ, ਬੋਲਦਿਆਂ ਵਿਚਾਰਾਂ ਕਰਦਿਆਂ ਤਮਾਮ ਗਲਤੀਆਂ ਹੋ ਜਾਂਦੀਆਂ ਨੇ, ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਣਹਾਰ ਨੇ ਬਖਸ਼ ਲੈਣ। ਅਗਲੀ ਵਿਚਾਰ ਆਪਾਂ ਅਗਲੇ ਭਾਗ ਵਿੱਚ ਕਰਾਂਗੇ। ਸੋ ਸਾਰੀਆਂ ਸੰਗਤਾਂ ਦਾ ਧੰਨਵਾਦ, ਰੋਜ਼ਾਨਾ ਹੀ ਵੱਧ ਤੋਂ ਵੱਧ ਇਹ ਕਥਾ ਸਰਵਣ ਕਰਿਆ ਕਰੋ ਗੁਰੂ ਦੀ, ਔਰ ਗੁਰਮੁਖੋ ਸ਼ੇਅਰ ਵੀ ਕਰਦਿਆ ਕਰੋ, ਕਿਉਂਕਿ ਜੋੜਨ ਵਰਗਾ ਪੁੰਨ ਨਹੀਂ ਤੇ ਤੋੜਨ ਵਰਗਾ ਪਾਪ ਨਹੀਂ। ਮਹਿਮਾ ਗੁਰੂ ਦੀ ਹੈ, ਕਿਸੇ ਸਰੀਰ ਦੀ ਨਹੀਂ। ਸਤਿਗੁਰੂ ਦੀ ਆਪਾਂ ਰਲ ਮਿਲ ਕੇ ਸਾਰੇ ਮਹਿਮਾ ਕਰ ਰਹੇ ਹਾਂ। ਅੰਮ੍ਰਿਤ ਬਾਣੀ ਨੂੰ ਜਿੰਨੀ ਕੁ ਮਹਾਰਾਜ ਮਤ ਦਿੰਦੇ ਨੇ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਨਾਲ ਨਾਲ ਭਜਨ ਵੀ ਕਰੋ, ਬੰਦਗੀ ਵੀ ਕਰੋ। ਮੈਂ ਪਹਿਲਾਂ ਹੀ ਕਿਹਾ ਵੀ ਜਿੰਨੀ ਦੇਰ ਕਥਾ ਸੁਣਦੇ ਹੋ, ਨਾਲ ਨਾਲ ਹਿਰਦੇ ਵਿੱਚ ਅੰਤਰੀ ਭਾਵ ਵਿੱਚ ਵਾਹਿਗੁਰੂ ਵਾਹਿਗੁਰੂ ਕਰਦੇ ਰਿਹਾ ਕਰੋ, ਤਾਂ ਜੋ ਸਾਡਾ ਜਨਮ ਲੇਖੇ 'ਚ ਪੈ ਸਕੇ। ਆਓ ਭੁੱਲਾਂ ਚੁੱਕਾਂ ਕਰਿਓ ਮਾਫ਼। ਯੂਟਿਊਬ ਦਾ ਚੈਨਲ ਗੁਰਮਤ .tv ਅਤੇ ਫੇਸਬੁੱਕ ਦਾ ਪੇਜ ਗੁਰਮਤ ਪ੍ਰਚਾਰ ਜਥਾ ਮੁੰਡੀ ਖਰੜ, ਜਿਹਦੇ ਲਿੰਕ ਆ ਸਾਹਮਣੇ ਸਕਰੀਨ ਦੇ ਉੱਤੇ ਤੁਹਾਨੂੰ ਦਿਖ ਰਹੇ ਨੇ। ਆਪ ਜੀ ਜ਼ਰੂਰ ਇਹਨਾਂ ਨੂੰ ਲਾਈਕ ਅਤੇ ਸਬਸਕ੍ਰਾਈਬ ਕਰਕੇ ਵੱਧ ਤੋਂ ਵੱਧ ਸੰਗਤ ਤੱਕ ਸੁਨੇਹੇ ਭੇਜੋ। ਆ ਗੁਰੂ ਨਾਨਕ ਦੀ ਨਾਮ ਬਾਣੀ ਦੀ ਮਹਿਮਾ ਸਾਰੇ ਆਪਾਂ ਰਲ ਮਿਲ ਕੇ ਕਰੀਏ। ਭੁੱਲਾਂ ਚੁੱਕਾਂ ਮਾਫ਼ ਕਰਿਓ, ਦਾਸ ਦੇ ਪੱਲੇ ਕੁਛ ਵੀ ਨਹੀਂ, ਕਿਰਪਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹੈ। ਗੁਰੂ ਘਰ ਨਾਲ ਜੁੜਨ ਵਾਲੇ ਮਹਾਂਪੁਰਖ ਸ਼੍ਰੀ ਮਾਨ ਸੰਤ ਬਾਬਾ ਵਰਿਆਮ ਸਿੰਘ ਜੀ ਰਤਵਾੜਾ ਸਾਹਿਬ ਵਾਲੇ ਮਹਾਂਪੁਰਖਾਂ ਦੀਆਂ ਅਸੀਸਾਂ ਨੇ। ਆਓ ਇਹਦੇ ਵਿੱਚ ਮਾਲਕ ਨੇ ਤੀਜੀ ਪੌੜੀ ਵਿੱਚ ਸਾਨੂੰ ਪਰਮੇਸ਼ਰ ਨੂੰ ਗਾਉਣ ਵਾਲਿਆਂ ਦੀ ਮਹਿਮਾ, ਪਰਮੇਸ਼ਰ ਨੂੰ ਕਿਵੇਂ ਗਾਈਦਾ ਹੈ, ਔਰ ਪਰਮੇਸ਼ਰ ਨੂੰ ਗਾਉਣ ਵਾਲਿਆਂ ਨੂੰ ਕੀ ਕੁਝ ਮਿਲਦਾ ਹੈ, ਅਤੇ ਇਹ ਸਾਰਾ ਸੰਸਾਰ ਮਾਲਕ ਆਪਣੇ ਹੁਕਮ 'ਚ ਚਲਾ ਰਹੇ ਹੈ, ਇਹਦੇ ਪ੍ਰਤੀ ਸਤਿਗੁਰੂ ਸਾਨੂੰ ਦਾਤਾਂ ਸੋਝੀ ਬਖਸ਼ਿਸ਼ ਕਰਦੇ ਨੇ। ਆਓ ਹੁਣ ਇੱਥੇ ਸੰਕੋਚਾਂ ਬੇਨਤੀਆਂ ਪਿਆਰ ਨਾਲ ਗੱਜ ਵੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।